ਫਗਵਾੜਾ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਵੱਲੋਂ ਦੁਕਾਨਾਂ ਖੋਲ੍ਹਣ ਦਾ ਸਮਾਂ ਵਧਾ ਕੇ 5 ਵਜੇ ਤੱਕ ਕਰਨ 'ਤੇ ਅੱਜ ਸਮੂਹ ਦੁਕਾਨਦਾਰਾਂ ਨੇ DC ਕਪੂਰਥਲਾ ਦਾ ਧੰਨਵਾਦ ਕੀਤਾ ਅਤੇ ਸਮੂਹ ਦੁਕਾਨਦਾਰਾਂ ਨੇ ਕਿਹਾ ਕਿ 5 ਵਜੇ ਤੱਕ ਦਾ ਸਮਾਂ ਦੇ ਕੇ ਮਾਨਯੋਗ DC ਕਪੂਰਥਲਾ ਨੇ ਸਾਰੇ ਦੁਕਾਨਦਾਰਾਂ ਨੂੰ ਰਾਹਤ ਦਿੱਤੀ ਹੈ ਜਿਸ ਨਾਲ ਦੁਕਾਨਦਾਰਾਂ ਦੇ ਕੰਮਕਾਰ ਨੂੰ ਵੀ ਕਾਫ਼ੀ ਫਾਇਦਾ ਹੋਵੇਗਾ ਜਿਸ ਨਾਲ ਬਾਜ਼ਾਰਾਂ ਵਿੱਚ ਰਸ਼ ਵੀ ਘੱਟ ਪਵੇਗਾ ਆਓ ਦੇਖਦੇ ਹਾਂ ਹੋਰ ਕੀ ਕੁਝ ਕਿਹਾ ਸਮੂਹ ਦੁਕਾਨਦਾਰਾਂ ਨੇ ਫਗਵਾੜਾ ਨਿਊਜ਼ TV ਤੋਂ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਹਾਂਜੀ ਅੱਜ ਮਾਨਯੋਗ ਸਾਡੇ ਕਪੂਰਥਲਾ ਜ਼ਿਲ੍ਹਾ DC ਸਾਹਿਬ ਨੇ ਜਿਹੜਾ ਦੁਕਾਨਾਂ ਦਾ ਸ਼ੋਪ ਦਾ ਟਾਈਮ ਬਦਲਿਆ ਹੈ ਇਹ ਬਹੁਤ ਹੀ ਸ਼ਲਾਘਾਯੋਗ ਉਹਨਾਂ ਨੇ ਕਦਮ ਕੀਤਾ ਜੀ ਸਾਡੀ ਸਾਰੀ ਫਗਵਾੜੇ ਦੀ ਐਸੋਸੀਏਸ਼ਨਾਂ ਦਾ ਕੱਪੜੇ ਵਾਲੇ ਜੁੱਤਿਆਂ ਵਾਲੇ ਸਭ ਨੇ ਇਹਦੀ ਡਿਮਾਂਡ ਸੀਗੀ ਕਿ ਟਾਈਮ ਚੇਂਜ ਕੀਤਾ ਜਾਵੇ ਕਿਉਂਕਿ ਬਹੁਤ ਹੀ ਟਾਈਮ ਸ਼ੋਰਟ ਸੀਗਾ ਉਹਨਾਂ ਜ਼ਿਆਦਾ ਬਾਜ਼ਾਰ ਦੇ ਵਿੱਚ ਰਸ਼ ਜ਼ਿਆਦਾ ਪੈ ਰਿਹਾ ਸੀਗਾ ਅਤੇ ਹੁਣ ਬਹੁਤ ਉਹਨਾਂ ਨੇ ਜਿਹੜਾ ਟਾਈਮ ਬਦਲਿਆ ਠੀਕ ਉਹਨਾਂ ਨੇ ਜੋ ਅੱਛਾ ਕੀਤਾ ਹੈਗਾ ਅਤੇ ਸਾਰੇ ਖੁਸ਼ ਵੀ ਹੈਗੇ ਸਾਰੇ ਐਸੋਸੀਏਸ਼ਨਾਂ ਵਾਲੇ ਸਾਰੇ ਹੀ ਬਹੁਤ ਖੁਸ਼ ਹਨ ਅਤੇ ਇਸ ਚੀਜ਼ ਦਾ ਅਸੀਂ DC ਸਾਹਿਬ ਦਾ ਬਹੁਤ ਹੀ ਧੰਨਵਾਦ ਵੀ ਕਰਦੇ ਹਾਂ ਅਤੇ ਪੂਰਾ ਪ੍ਰਸ਼ਾਸਨ ਦਾ ਅਤੇ ਸਾਡਾ ਵੀ ਹੁਣ ਸਾਰਾ ਦੁਕਾਨਦਾਰਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਈਏ ਜਿਸ ਤਰ੍ਹਾਂ ਉਹਨਾਂ ਨੇ ਸਾਡੀ ਗੱਲ 'ਤੇ ਫੁੱਲ ਚੜ੍ਹਾਏ ਹਨ ਅਤੇ ਅਸੀਂ ਵੀ ਉਹਨਾਂ ਦੇ ਜੋ ਉਹਨਾਂ ਦੇ ਸਾਡੇ ਨਿਰਦੇਸ਼ ਹਨ ਉੱਥੇ ਅਸੀਂ ਫੁੱਲ ਚੜ੍ਹਾਈਏ ਅਤੇ ਅਸੀਂ ਪੂਰਾ ਉਹਨਾਂ ਦਾ ਪਾਲਣ ਕਰੀਏ ਪ੍ਰੋਪਰ ਪੂਰੀ ਦੁਕਾਨਾਂ 5 ਵਜੇ ਕਰੀਏ ਬੰਦ ਅਤੇ ਸੋਸ਼ਲ ਡਿਸਟੈਂਸ ਵੀ ਕਰੀਏ ਅਤੇ ਸਬਜ਼ੀ ਵਾਲੇ ਰੇੜੀ ਵਾਲਿਆਂ ਵਿੱਚ ਜੋ ਉਹਨਾਂ ਦੇ ਅਲੱਗ ਅਲੱਗ ਨਿਰਦੇਸ਼ ਹਨ ਸਾਰੇ ਨੂੰ ਹੀ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ ਜੋ ਕਿ ਸਾਡੇ DC ਮੈਡਮ ਹੈਗੇ ਨੇ ਜਿਨ੍ਹਾਂ ਨੇ ਟਾਈਮ ਦੇ ਵਿੱਚ ਰਾਹਤ ਦਿੱਤੀ ਆ ਕਿ ਬਾਜ਼ਾਰ ਜਿਹੜਾ ਟਾਈਮ ਨੂੰ ਐਕਸਟਰਾ ਟਾਈਮ ਦਿੱਤਾ ਖੁੱਲ੍ਹਣ ਦਾ ਮੈਂ DC ਮੈਡਮ ਦਾ ਬਹੁਤ ਜਦੋਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਟਾਈਮ ਦੇ ਵਿੱਚ ਥੋੜ੍ਹੀ ਰਾਹਤ ਦਿੱਤੀ ਜਿਹਦੇ ਨਾਲ ਕਿ ਬਾਜ਼ਾਰ ਦੇ ਵਿੱਚ ਭੀੜ ਭੜੱਕਾ ਪੈਂਦਾ ਸੀ ਟਾਈਮ ਘੱਟ ਹੋਣ ਕਰਕੇ ਹੁਣ ਕੀ ਹੈ ਕਿ ਕਸਟਮਰ ਹੈ ਰਾਹਤ ਦੇ ਨਾਲ ਆਉਂਦਾ ਆਰਾਮ ਦੇ ਨਾਲ ਆਉਂਦਾ ਅਤੇ ਆਰਾਮ ਨਾਲ ਚੀਜ਼ ਬਾਏ ਕਰਦਾ ਅਤੇ ਆਰਾਮ ਨਾਲ ਆਪਣੀ ਟੇਕ ਕੇਅਰ ਕਰਕੇ ਘਰ ਨੂੰ ਜਾਂਦਾ ਆ ਜਿੱਥੋਂ ਵਿੱਚ ਕਿ ਸਾਨੂੰ ਇਸ ਚੀਜ਼ ਦਾ ਵੀ ਬਚਾਅ ਹੈਗਾ ਆ ਕਿ ਹਰ ਕੋਈ ਆਪਣੀ ਕੇਅਰ ਕਰ ਸਕਦਾ ਜਦੋਂ ਘੱਟ ਟਾਈਮ ਹੋਣ ਕਰਕੇ ਹਰ ਕੋਈ ਇੱਕ ਦੂਜੇ ਦੀ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਦਾ ਸੀ ਕਿ ਟਾਈਮ ਘੱਟ ਹੋਣ ਕਰਕੇ ਅਤੇ ਬਾਜ਼ਾਰ ਦੇ ਵਿੱਚ ਜੋ ਸੀ ਭੀੜ ਭੜੱਕਾ ਹੁੰਦਾ ਸੀ ਅਤੇ ਜੋ ਅੱਜ ਸਾਨੂੰ ਬਾਜ਼ਾਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿ ਅੱਜ ਬਹੁਤ ਘੱਟ ਸਾਨੂੰ ਰਸ਼ ਵਗੈਰਾ ਸਾਰਾ ਕੁਛ ਮਾਰਕੀਟ ਦੇ ਵਿੱਚ ਮਿਲ ਰਿਹਾ ਮੈਂ DC ਸਾਹਿਬ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੋ ਕਿ ਉਹਨੇ ਸਾਨੂੰ ਟਾਈਮ ਦੇ ਵਿੱਚ ਰਾਹਤ ਦਿੱਤੀ ਕਪੂਰਥਲਾ ਵੱਲੋਂ ਜੋ ਨਵੇਂ ਆਦੇਸ਼ ਆਏ ਹਨ ਕਿ ਹੁਣ ਗੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਸਵੇਰੇ 9 ਵਜੇ ਤੋਂ 5 ਵਜੇ ਤੱਕ ਖੁੱਲ੍ਹਣਗੀਆਂ ਉਹਦੇ ਨਾਲ ਦੁਕਾਨਦਾਰਾਂ ਵਿੱਚ ਇੱਕ ਰਾਹਤ ਦਾ ਮਾਹੌਲ ਹੈ ਹੁਣ ਦੁਕਾਨਦਾਰ ਆਸ਼ਵਸਤ ਹਨ ਕਿ ਉਹ ਹੁਣ ਕੁਛ ਚੰਗੇ ਢੰਗ ਨਾਲ ਦੁਕਾਨਦਾਰੀ ਕਰ ਸਕਣਗੇ ਕਿਉਂਕਿ ਪਹਿਲਾਂ ਸਮਾਂ ਉਹਨਾਂ ਨੂੰ ਸਿਰਫ 8 ਤੋਂ 1 ਵਜੇ ਤੱਕ ਮਿਲਦਾ ਸੀ ਜਿਸ ਦੇ ਵਿੱਚ ਦੁਕਾਨਾਂ ਲਗਾਉਣ ਔਰ ਸੰਭਾਲਣ ਨੂੰ ਹੀ ਸਮਾਂ ਕਾਫੀ ਲੱਗ ਜਾਂਦਾ ਸੀ ਔਰ ਦੁਕਾਨਦਾਰਾਂ ਕੋਲੋਂ ਗਾਹਕ ਦੀ ਆਮਦ 12-1 ਵਜੇ ਸ਼ੁਰੂ ਹੁੰਦੀ ਸੀ ਉਸ ਦੇ ਨਾਲ ਹੀ ਦੁਕਾਨਾਂ ਬੰਦ ਕਰਨ ਦਾ ਸਮਾਂ ਹੋ ਜਾਂਦਾ ਸੀ ਹੁਣ ਦੁਕਾਨਦਾਰ ਬੜੀ ਤਸੱਲੀ ਦੇ ਨਾਲ ਆਪਣੀ ਦੁਕਾਨਦਾਰੀ ਕਰ ਸਕਣਗੇ ਇਹ ਸਾਰੇ ਦੁਕਾਨਦਾਰ ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਜੀ ਦਾ ਇਸ ਲਈ ਧੰਨਵਾਦ ਕਰਦੇ ਹਨ ਅਤੇ ਇਹ ਵੀ ਆਸ ਪ੍ਰਗਟਾਉਂਦੇ ਹਨ ਕਿ ਦੁਕਾਨਦਾਰ ਵੀਰ ਪੂਰਾ ਗਾਈਡਲਾਈਨਸ ਦਾ ਹਦਾਇਤਾਂ ਦਾ ਸਰਕਾਰ ਵੱਲੋਂ ਜੋ ਮਿਲੀਆਂ ਹਨ ਉਹਨਾਂ ਦਾ ਪੂਰੀ ਤਰ੍ਹਾਂ ਪਾਲਣ ਕਰਨਗੇ ਔਰ ਸਮੇਂ-ਸਮੇਂ 'ਤੇ ਆਪਣੀਆਂ ਦੁਕਾਨਾਂ ਨੂੰ ਸੈਨੀਟਾਈਜ਼ ਵੀ ਕਰਾਉਣਗੇ ਔਰ ਗਾਹਕ ਦੇ ਆਉਣ 'ਤੇ ਆਪ ਵੀ ਮਾਸਕ ਪਾ ਕੇ ਰੱਖਣਗੇ ਔਰ ਗ੍ਰਾਹਕ ਨੂੰ ਵੀ ਇਹੀ ਬੇਨਤੀ ਕਰਨਗੇ ਕਿ ਉਹ ਮਾਸਕ ਪਾ ਕੇ ਰੱਖੇ ਔਰ ਗਾਹਕ ਦੇ ਆਉਣ 'ਤੇ ਉਸਦੇ ਹੱਥ ਵੀ ਸੈਨੀਟਾਈਜ਼ ਕਰਵਾਉਂਦੇ ਰਹਿਣਗੇ ਮੈਂ ਇੱਕ ਵਾਰੀ ਫਿਰ ਤੋਂ ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਦੁਕਾਨਦਾਰਾਂ ਨੂੰ ਜਿਹੜਾ ਸਮਾਂ 9 ਤੋਂ 5 ਵਜੇ ਤੱਕ ਦਿੱਤਾ ਹੈ ਉਸ ਦੇ ਵਿੱਚ ਉਹ ਆਪਣੀ ਦੁਕਾਨਦਾਰੀ ਠੀਕ ਢੰਗ ਨਾਲ ਕਰ ਪਾਉਣਗੇ ਧੰਨਵਾਦ ਸਤਿ ਸ਼੍ਰੀ ਅਕਾਲ ਮੈਂ DC ਸਾਹਿਬਾਨ ਜੀ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਮੂਹ ਦੁਕਾਨਦਾਰਾਂ ਦੀ ਫੀਲਿੰਗ ਨੂੰ ਸਮਝਦੇ ਹੋਏ ਬਹੁਤ ਹੀ ਵਧੀਆ ਉਪਹਾਰ ਦੁਕਾਨਦਾਰਾਂ ਵੀਰਾਂ ਨੂੰ ਦਿੱਤਾ ਹੈ ਜਿਹੜਾ ਕਿ ਸਮਾਂ ਹੁਣ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਕੀਤਾ ਹੈ ਉਹਦੇ ਨਾਲ ਸਮੂਹ ਦੁਕਾਨਦਾਰ ਵਰਗ ਬਹੁਤ ਖੁਸ਼ ਹੈ ਕਿਉਂਕਿ ਇਸ ਦੇ ਵਿੱਚ ਜੋ ਦੁਕਾਨਦਾਰ ਸਵੇਰੇ 8 ਵਜੇ ਆ ਕੇ 1 ਵਜੇ ਜਾਣ ਲਈ ਕਾਹਲੀ ਹੁੰਦਾ ਸੀ ਉਹ ਹੁਣ ਆਰਾਮ ਦੇ ਨਾਲ ਆਪਣੀ ਸ਼ੋਪ 'ਤੇ ਆ ਰਿਹਾ ਹੈ ਔਰ ਉਸਨੂੰ ਬਹੁਤ ਅੱਛਾ ਮਹਿਸੂਸ ਹੋ ਰਿਹਾ ਹੈ ਜਿਸ ਦੇ ਲਈ ਅਸੀਂ DC ਸਾਹਿਬ ਜੀ ਦੇ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਔਰ ਅਸੀਂ ਜਿੰਨੇ ਵੀ ਦੁਕਾਨਦਾਰ ਹਨ ਸਾਰਿਆਂ ਵੱਲੋਂ ਉਹਨਾਂ ਨੂੰ ਅਸੀਂ ਵਧਾਈ ਦਿੰਦੇ ਹਾਂ ਕਿ ਉਹਨਾਂ ਨੇ ਸਾਡੇ ਪੱਖ ਦੇ ਵਿੱਚ ਫੈਸਲਾ ਲਿਆ ਧੰਨਵਾਦ Subscribe now and press the bell icon. Never miss an update.